ਬਣਾਉਣ ਦਾ ਵੀ ਇੰਨਾ ਉਹ ਨਹੀਂ ਲੱਗਾ ਵੀ ਬਹੁਤ ਜ਼ਿਆਦਾ ਜ਼ਬਰਦਸਤ ਜੀ ਸੀ ਨਹੀਂ ਕਿਉਂਕਿ ਅੱਜ ਦੋ ਟਰਾਲੀਆਂ ਲਿਆਂਦੀਆਂ ਸੀ ਅਤੇ ਦੋਵੇਂ ਟਰਾਲੀਆਂ ਲਾਉਣੀਆਂ ਹੋਈਆਂ ਔਖੀਆਂ। ਵੈਲਕਮ ਆ ਜੀ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਅਤੇ ਅੱਜ ਆਪਾਂ ਪਹੁੰਚੇ ਜੀ ਭੇਵੇ ਅਤੇ ਸਵੇਰੇ ਕੋਈ 4:30 ਉੱਠੇ ਅਤੇ 5 ਤੁਰ ਪਏ ਹਾਂ ਟਰੈਕਟਰ ਲੈ ਕੇ ਅਤੇ ਹਨੇਰਾ ਸੀ ਉਸ ਟਾਈਮ ਫਿਰ ਬਲੌਗ ਚਾਲੂ ਕੀਤਾ ਨਹੀਂ ਕਿਉਂਕਿ ਜਲਦੀ ਜਲਦੀ ਅਤੇ ਗੱਡੀ ਲੱਗਣੀ ਸੀ ਗੱਡੀ ਲੱਗੀ ਆ ਅਤੇ ਉਹ ਭਰ ਗਈ ਅਤੇ ਉਹ ਤੋਂ ਬਾਅਦ ਆਪਣਾ ਟਰੈਕਟਰ ਲੱਗਣਾ ਵਾ ਅਤੇ ਜੀਤ ਵੀ ਪਿੱਛੇ ਆਉਣ ਡਿਆ ਵਾ ਅਤੇ ਬਣੇ ਰਹੋ ਬਲੌਗ ਦੇ ਵਿੱਚ ਆਏ ਆ ਜਿਹੜੀ ਗੱਡੀ ਲੱਗੀ ਆਪਣੇ ਤੋਂ ਪਹਿਲਾਂ ਦਿਖਾਉਂਦੇ ਹਾਂ ਤਾਂ ਵੇਖੋ ਚਿੱਕੜ ਕਿੱਦਾਂ ਹੋਇਆ ਕਿਉਂਕਿ ਚੱਲਣ ਦਾ ਸਿਸਟਮ ਸਾਰਾ ਅਤੇ ਗੱਡੀ ਲੱਗੀ ਹੈ ਜੀ ਆਪਣੇ ਤੋਂ ਪਹਿਲਾਂ ਜਿਹੜਾ ਆਪਾਂ ਨੂੰ ਟਾਈਮ ਦਿੱਤਾ ਸੀ 6:30 ਦਾ ਵੀ 6:30 ਨੈੱਟ ਪਹੁੰਚ ਜਾਓ ਅਤੇ 6:30 ਆਪਾਂ ਪਹੁੰਚ ਗਏ ਹਾਂ ਜੀ। ਇਸ ਤੋਂ ਬਾਅਦ ਹੁਣ ਆਪਣੇ ਟਰੈਕਟਰ ਲੱਗੂਗੀ ਲਓ ਜੀ ਗੱਡੀ ਭਰ ਕੇ ਸਾਈਡ 'ਤੇ ਖਲੋ ਗਈ ਹੈ ਅਤੇ ਆਪਣਾ ਟਰੈਕਟਰ ਆ ਗਿਆ ਉੱਥੇ ਲੱਗਣਾ ਵਾ ਜੀਤ ਹੁਣ ਪਤਾ ਨਹੀਂ ਕਿੰਨੇ ਚਿਰ ਚਾਹੁੰਦਾ ਵਾ ਟਰਾਲੀ ਲੱਗ ਗਈ ਬੈਕ ਲੋਕ ਇਸ ਦਾ ਆਪਣੀ ਟਰਾਲੀ ਭਰ ਗਈ ਹੈ ਅਤੇ ਦੂਜੀ ਲੱਗ ਗਈ ਹੈ ਅਤੇ ਆਉਣ 'ਚ ਕੋਈ ਦਿੱਕਤ ਨਹੀਂ ਹੋਈ ਪੱਕੀ ਠੰਡ ਬੜੀ ਲੱਗਦੀ ਕੋਈ ਲੈ ਕੇ ਆਇਆ ਕੀ ਹੋ ਗਿਆ ਜੀ ਜੈਕ ਵਾਲਾ ਕੱਸਣ ਲਿਆ ਮਿਲਦੇ ਹੁਣ ਪਿੰਡ ਜਾ ਕੇ ਲਓ ਜੀ ਇੱਥੇ ਹਾਂਜੀ ਅਤੇ ਇੱਥੇ ਹੋਇਆ ਸੀ ਗਾਰਾ ਟਰਾਲੀ ਲਾ ਦਿੱਤੀ ਆਪਾਂ ਇੱਕ ਦੂਜੀ ਪਰਾਂ ਸ਼ੈਡਰ 'ਚ ਲਾ ਦਿੱਤੀ ਹੈ ਲਓ ਜੀ ਟਰਾਲੀ ਖਾਲੀ ਹੋ ਗਈ ਬਾਈ ਟਰਾਲੀ ਖਾਲੀ ਹੋ ਚੱਲੀ ਹੈ ਤਾਂ ਤੋਂ ਬਾਅਦ ਆਪਾਂ ਲਾਉਂਦੇ ਹਾਂ ਦੂਜੀ ਟਰਾਲੀ ਸਿਰਾ ਜੀ ਸਿਰਾ ਬਹੁਤ ਵਧੀਆ ਬੈਕ ਲੱਗੀ ਹੈ ਜੀ ਅੱਛਾ ਠੀਕ ਹੈ ਜੀ ਓਕੇ ਜੀ ਧੰਨਵਾਦ ਹੈਲੋ ਗਾਈਜ਼ ਅਤੇ ਲਾਉਂਦਿਆਂ ਲਾਉਂਦਿਆਂ ਹੋ ਗਏ ਹਾਂ ਲੇਟ ਅਤੇ ਵੀਡੀਓ ਬਣਾਉਣ ਦਾ ਵੀ ਬਲੌਗ ਬਣਾਉਣ ਦਾ ਵੀ ਇੰਨਾ ਉਹ ਨਹੀਂ ਲੱਗਾ ਵੀ ਬਹੁਤ ਜ਼ਿਆਦਾ ਜ਼ਬਰਦਸਤ ਜੀ ਸੀ ਨਹੀਂ ਕਿਉਂਕਿ ਅੱਜ ਦੋ ਟਰਾਲੀਆਂ ਲਿਆਂਦੀਆਂ ਸੀ ਅਤੇ ਦੋਵੇਂ ਟਰਾਲੀਆਂ ਲਾਉਣੀਆਂ ਹੋਈਆਂ ਔਖੀਆਂ ਅਤੇ ਆਪਾਂ ਸ਼ੈੱਡ ਭਰਤਾ ਵਾ ਅਤੇ ਇੱਕ ਟਰਾਲੀ ਦੀ ਕਸਰ ਰਹਿ ਗਈ ਆ ਠੀਕ ਹੈ
वेखो ठीक है आधा हो गया वह रह गया रैक परला तो यह रह गया वा अंदाजा 750 बैग होर आ जाएंगे। वीडियो वधिया लगी हुई तो चैनल नू कर लियो सबसक्राइब लाइक शेयर कमेंट ते मिलते हैं जी अगले ब्लॉग दे विच। थैंक यू मेहरबानी जी।